ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਨੌਜਵਾਨ ਕਿਸਾਨ ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਅਕੈਡਮੀ ਫਲੋਰ ਨੇੜੇ ਸਤਲੁਜ ਦਰਿਆ ਨੂੰ ਬੀਤੀ ਰਾਤ 100 ਫੁੱਟ ਚੌੜਾ ਪਾੜ ਭਾਰੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਪੈ ਗਿਆ। ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਕਿਸਾਨਾਂ ਅਤੇ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਪੱਥਰ ਅਤੇ ਜਾਨ ਨਾਲ ਬੰਨਿਆ ਜਾ ਰਿਹਾ। ਜਦੋਂ ਵੀ ਦਰਿਆ ਵਿੱਚ ਪਾਣੀ ਛੱਡਿਆ ਜਾਂਦਾ ਟੀ ਪੁਆਇੰਟ ਵਾਲਾ ਹੀ ਬੰਨ ਟੁੱਟਦਾ। ਬੰਨ ਟੁੱਟਣ ਨਾਲ 6 ਤੋਂ 7 ਪਿੰਡਾਂ ਦੇ ਲੋਕ ਪ੍ਰਭਾਵਿਤ ਹੋਏ। ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਕਿ 5000 ਏਕੜ ਦੇ ਕਰੀਬ ਝੋਨੇ ਦੀ ਫਸਲ ਤਬਾਹ ਹੋਈ। ਕਿਸਾਨਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਗਿਦਾਵਰੀ ਕਰਵਾ ਕੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਕਿ ਕਰਮਚਾਰੀਆਂ ਨੂੰ ਬੁਲਾ ਕੇ ਬੰਨ ਨੂੰ ਬੰਨਿਆ ਜਾਵੇ ਅਤੇ ਪੱਕਾ ਕੀਤਾ ਜਾਵੇ ਤਾਂ ਜੋ ਹੜ੍ਹ ਆਉਣ ਦੀ ਸੂਰਤ ਵਿੱਚ ਨੁਕਸਾਨ ਤੋਂ ਬਚਾਅ ਹੋ ਸਕੇ। ਪਿੰਡ ਲਸਾੜਾ ਨੇੜੇ ਦਰਿਆ ਦੇ ਬੰਨ ਨੂੰ ਪੱਕਾ ਕਰਨ ਲਈ ਮਨਰੇਗਾ ਕਰਮਚਾਰੀ ਦਿਨ ਰਾਤ ਕੰਮ ਕਰ ਰਹੇ ਹਨ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜ਼ਰ ਹੋਏ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਹੈਗਾ ਉਹ ਫਰਕ ਪੈ ਗਿਆ ਹੈਗਾ, ਪਾਣੀ ਜਿਹੜਾ ਹੈਗਾ ਘੱਟ ਹੋ ਗਿਆ ਹੈਗਾ। ਤਾਂ ਅਸੀਂ ਲੋਕਾਂ ਨੂੰ ਵੀ ਯਾਸ਼ ਕਰਦੇ ਹਾਂ ਵੀ ਹੁਣ ਕੋਈ ਡਰ ਦੀ ਕੋਈ ਲੋੜ ਨਹੀਂ ਹੈਗਾ ਇਹਦੇ ਉੱਤੇ ਜਿਹੜਾ ਹੈਗਾ। ਜਿਹੜੇ ਕੁਝ ਕਮਜ਼ੋਰ ਬੰਨ ਨੇ ਜਿੱਥੋਂ ਕੋਈ ਕਮੀ ਪੇਸ਼ੀ ਲੱਗਦੀ, ਕੀ ਉਹਨਾਂ ਨੂੰ ਵੀ ਤਿਆਰ ਪੱਕੇ ਕੀਤਾ ਜਾਊਗਾ? ਦੇਖੋ ਹੁਣ ਅਸੀਂ ਇਸ ਗੱਲ ਤੋਂ ਵਿਛੜੇ ਰਹਿੰਦੇ, ਖਾਸ ਤੌਰ ਤੇ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਅਸੀਂ ਜਿਹੜੇ ਹੈਗੇ ਆ 4-5 ਪੁਆਇੰਟ ਜਿਹੜੇ ਨਾਜ਼ੁਕ ਉਹਨਾਂ ਦੀ ਸਕਰੂਟਨੀ ਕੀਤੀ ਹੈਗੀ ਆ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ, ਠੀਕ ਹੈ, ਪ੍ਰਸ਼ਾਸਨਿਕ ਅਧਿਕਾਰੀਆਂ ਧਿਆਨ 'ਚ ਲਿਆ ਕੇ ਅਸੀਂ ਇਹਨਾਂ ਉਹ 4 ਪੁਆਇੰਟਾਂ ਨੂੰ ਜਿਹਨਾਂ ਦਾ ਮੁਕੰਮਲ ਤੌਰ 'ਤੇ ਮਜ਼ਬੂਤ ਕਰਨਾ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਗਰ ਕੋਈ ਕੁਦਰਤੀ ਕਰੋਪੀ ਆਫਤ ਆਉਂਦੀ ਹੈ ਤਾਂ ਤੁਰੰਤ ਜਿਹੜਾ ਹੈਗਾ ਅਸੀਂ ਉਸ ਦੇ ਨਿਪਟਾਰੇ ਲਈ ਜਿਹੜੀ ਹੈਗੀ ਆ ਇਸ ਸੈਨਾ ਜਿਹੜੀ ਹੈਗੀ ਆ ਫੌਜ ਜਿਹੜੀ ਆ ਉਹਨਾਂ ਦੀ ਮਦਦ ਦੇ ਨਾਲ ਜਿਹੜਾ ਹੈਗਾ ਉਹ 'ਤੇ ਕਾਬੂ ਪਾਵਾਂਗੇ।
ਇਥੇ ਆਪਣੇ ਨਾਲ ਜੂਸ ਆਗੂ ਜਿਹੜਾ ਪਿੰਡ ਦਾ ਰਹਿਣ ਵਾਲਾ ਆ ਉਹਨਾਂ ਵੀ ਗੱਲ ਕਰਨਾ ਚਾਹਾਂਗੇ। ਉਹਨਾਂ ਨੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਬਾਹਰੋਂ ਬੁਲਾ ਕੇ ਔਰ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਆਪਾਂ ਉਹਨਾਂ ਨੂੰ ਵੀ ਗੱਲ ਕਰਨਾ ਚਾਹਾਂਗੇ। ਕੀ ਨਾਮ ਭਾਜੀ? ਮੇਰਾ ਨਾਮ ਬਲਰਾਜ ਸਿੰਘ ਆ, ਪਿੰਡ ਛੋਲੇ ਬਿਹਾੜ ਜੀ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਦਾ ਫਲੱਡ ਇੱਕਦਮ ਜ਼ਿਆਦਾ ਹੋਣ ਕਰਕੇ ਜੀ ਇੱਥੇ ਨੀਵੇਂ ਇਲਾਕੇ ਨੂੰ ਸਾਡੇ ਨੂੰ ਬੜੀ ਦਿੱਕਤ ਆਉਂਦੀ ਆ ਜੀ ਜੀ। ਇਹ ਹਰ ਵਾਰੀ ਦਾ ਹੀ ਇਹੀ ਸਾਡਾ ਸਿਲਸਿਲਾ ਰਹਿੰਦਾ ਆ। 2019 ਦੇ ਵਿੱਚ ਵੀ ਫਲੱਡ ਸੀਜ਼ਨ ਆਇਆ ਸੀਗਾ, ਉਦੋਂ ਵੀ ਜਿਹੜਾ ਇਹੀ ਇੱਥੋਂ ਇਹੀ ਪੁਆਇੰਟ ਟੁੱਟ ਕੇ ਜਿਹੜਾ ਸਾਡੇ ਪਿੰਡਾਂ ਨੂੰ ਇਹਨੇ ਮਾਰ ਕੀਤੀ ਸੀਗੀ, ਪਰੰਤੂ ਉਦੋਂ ਜਿਹੜਾ ਅੱਗੇ ਸੁਲਤਾਨਪੁਰ ਲੋਧੀ ਦਾ ਟੁੱਟਣ ਕਰਕੇ ਸਾਡੇ ਇੰਨਾ ਨੁਕਸਾਨ ਨਹੀਂ ਹੋਇਆ ਸੀਗਾ, ਪਰ ਉਦੋਂ ਆਪਣੇ ਨਾਲ ਇੱਥੇ ਸਰਕਾਰੀ ਅਧਿਕਾਰੀ ਤਹਿਸੀਲਦਾਰ ਵੀ ਪਹੁੰਚੇ ਨੇ, ਉਹਨਾਂ ਦਾ ਵੀ ਕਾਫੀ ਇੱਥੇ ਸਹਿਯੋਗ ਹੈ। ਉਹਨਾਂ ਨੇ ਵੀ ਲਗਾਤਾਰ ਇੱਥੇ ਮੌਕੇ ਤੇ 3-4 ਦਿਨ ਤੋਂ ਲਗਾਤਾਰ ਤਹਿਸੀਲਦਾਰ ਸਾਹਿਬ ਇੱਥੇ ਆਪਣਾ ਡਿਊਟੀ ਨਿਭਾ ਰਹੇ, ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ। ਤਹਿਸੀਲਦਾਰ ਸਰ ਕੀ ਕਹਿਣਾ ਚਾਹੁੰਦੇ, ਕੀ ਨਾਮ? ਹਾਂਜੀ, ਆਪਾਂ ਮੈਂ ਬਲਜਿੰਦਰ ਸਿੰਘ, ਤਹਿਸੀਲਦਾਰ ਫਲੌਰ ਵਜੋਂ ਤਹਿਸੀਲੀ ਸੇਵਾਵਾਂ ਨਿਭਾ ਰਿਹਾ ਜੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਬਰਸਾਤ ਭਾਰੀ ਜਿਹੜੀ ਹਿਮਾਚਲ ਵਿੱਚ ਹੋਈ ਆ, ਉਹਦੇ ਕਰਕੇ ਸਤਲੁਜ ਦਰਿਆ ਦੇ ਵਿੱਚ ਕਾਫੀ ਪਾਣੀ ਆ ਗਿਆ ਸੀ ਅਤੇ ਨਾਲ ਦੇ ਜਿਹੜੇ ਬੰਨ ਨਾਲ ਦੇ ਪਿੰਡ ਆ ਉਹਨਾਂ ਵਿੱਚ ਕਾਫੀ ਸਾਰੀ ਦਿੱਕਤ ਆ ਰਹੀ ਸੀ ਪਾਣੀ ਓਵਰਫਲੋ ਕਰਕੇ, ਜਾਂ ਕਈ ਥਾਂ ਬੰਨ ਦੇ ਵਿੱਚ ਉਤਰੇ ਨਾ ਆਉਣ ਕਰਕੇ ਪਾਣੀ ਨਿਵਾਣੇ ਵਾਲਾ ਬਸ ਨੂੰ ਵੱਧ ਤੁਰਿਆ ਸੀ। ਪਰ ਮੈਂ ਨਾਲ ਹੀ ਇਹਦੇ ਇਹ ਵੀ ਸ਼ਾਬਾਸ਼ੀ ਦੇਣਾ ਚਾਹੂੰਗਾ ਲੋਕਲ ਨਿਵਾਸੀਆਂ ਨੂੰ, ਲੋਕਲ ਲੋਕਾਂ ਨੂੰ, ਕਿ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀ ਲਗਾ ਕੇ ਗਏ ਇਸ ਮਨ ਨੂੰ, ਅਸੀਂ ਦਰਅਸਲ ਸਿਰਫ ਉਹਨਾਂ ਦਾ ਮੋਰਾਲ ਬੂਸਟ ਕਰ ਰਹੇ ਸੀਗੇ। ਇਹ ਉਹਨਾਂ ਦੀ ਮਿਹਨਤ ਦੇ ਨਾਲ ਹੀ ਸਾਰਾ ਕੁਝ ਮਤਲਬ ਕਿ ਅਸੀਂ ਇਸ ਆਫਤ ਦੇ ਉੱਤੇ ਕਾਬੂ ਪਾ ਸਕੇ। ਤੋ ਅਗਾਂਹ ਤੋਂ ਵੀ ਮੈਂ ਆਸ ਕਰਦਾ ਕਿ ਇਲਾਕੇ ਦੇ ਜਿਹੜੇ ਲੋਕਲ ਲੋਕ ਆ ਉਹ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਰਹਿਣਗੇ ਅਤੇ ਅਸੀਂ ਵੀ ਪੂਰੀ ਇਹਨਾਂ ਨੂੰ ਗਰੰਟੀ ਦਵਾਉਂਦੇ ਹਾਂ ਪ੍ਰਸ਼ਾਸਨ ਜਿੰਨੀ ਵੀ ਸੰਭਵ ਹੋ ਸਕੇ ਉਹਨਾਂ ਦੇ ਨਾਲ ਖੜਾ। ਮੇਰਾ ਨਾਂ ਹੈਗਾ ਡਾਕਟਰ ਵਰੁਣ, CSC ਬੜਾ ਪਿੰਡ ਤੋਂ। ਠੀਕ ਹੈ ਜੀ, ਇੱਥੇ ਜੋ ਵੀ ਤੁਸੀਂ ਦੇਖ ਰਹੇ ਹੋ ਇੰਨੇ ਸਾਡੇ ਜੋ ਮਜ਼ਦੂਰ ਬੰਦੇ ਨੇ, ਜੇ ਕਿਸੇ ਨੂੰ ਵੀ ਹਾਦਸਾ ਹੋ ਜਾਵੇ ਜੇ ਜੋ ਵੀ ਹੈਗਾ, ਅਤੇ ਸਾਡੇ ਸਪੈਸ਼ਲ CSC ਬੜਾ ਪਿੰਡ ਤੋਂ ਇਹ ਸੁਵਿਧਾ ਪਹੁੰਚਾਈ ਗਈ ਹੈ। ਮੰਨ ਲਓ ਕੋਈ ਐਮਰਜੈਂਸੀ ਹੁੰਦੀ, ਆਪਦਾ ਹੋ ਜਾਂਦੀ ਤਾਂ ਐਂਬੂਲੈਂਸ ਖੜੀ ਹੈ ਇੱਥੇ, ਉਹਨਾਂ ਨੂੰ ਲਿਆਉਣ ਲਈ ਆਪਾਂ ਤਤਪਰ ਖੜੇ ਹਾਂ। ਅਤੇ ਜਾਂ ਵੀ ਜੇ ਕਿਸੇ ਨੂੰ ਘਬਰਾਹਟ ਹੁੰਦੀ ਹੈ ਕੁਛ ਵੀ ਹੈ, ਜਾਂ ਕਿਸੇ ਸੱਟ ਚੋਟ ਲੱਗ ਜਾਂਦੀ, ਉਹਦੀ ਫਸਟ ਏਡ ਲਈ ਵੀ ਸਾਡੇ ਕੋਲ ਸਾਰੀ ਮੁਹਿੰਮਾਂ ਹੈਗੀ। ਤਕਰੀਬਨ 100 ਬੰਦੇ ਲੈ ਚੁੱਕੇ ਹੈ ਸਾਡੇ ਕੋਲ, ਉੱਥੇ ਸੇਵਾ ਲੈ ਚੁੱਕੇ। ਹੈਲੋ ਹੈਲੋ ਸਰ, ਲੋਕਾਂ ਦੇ ਕਾਫੀ ਜ਼ਮੀਨ ਔਰ ਫਸਲ ਖਰਾਬ ਹੋ ਰਹੀ ਆ ਅਤੇ ਕਾਫੀ ਪਿੰਡਾਂ ਵਿੱਚ ਤਬਾਹੀ ਕਰ ਰਿਹਾ ਪਾਣੀ, ਜਿੱਦਾਂ ਪਾਣੀ ਬੰਨ ਟੁੱਟਿਆ, ਕੀ ਕਹਿਣਾ ਚਾਹੁੰਦੇ, ਕੀ ਨਾਮ ਤੁਹਾਡਾ? ਮੇਰਾ ਨਾਂ ਹਰਕਮਲ ਸਿੰਘ, ਸਾਬਕਾ ਸਰਪੰਚ ਪਿੰਡ ਬੇਗਮਪੁਰ। ਦੇਖੋ ਕੁਦਰਤ ਦਾ ਕਹਿ ਰਿਹਾ, ਕਿਉਂਕਿ ਇਹਦੇ ਬੱਸ ਹੈ ਨਹੀਂ ਕਿਸੇ ਦੇ ਵੀ, ਕੁਦਰਤ ਵੱਲੋਂ ਮੀਂਹ ਐਕਤੀ ਜਿੱਥੇ ਅੱਗੇ ਮੰਨ ਲਓ ਪੈਂਦਾ ਤੋਂ 6 ਗੁਣਾ ਜ਼ਿਆਦਾ ਮੀਂਹ ਪਿਆ, ਇੰਨਾ ਕੁ ਪਾਣੀ ਪਿੱਛੋਂ ਆ ਰਿਹਾ ਵੀ ਤਬਾਹੀ ਤਾਂ ਪਿੱਛੇ ਬਹੁਤ ਮਚੀ ਆ ਤੁਹਾਨੂੰ ਪਤਾ। ਇਸ ਕਰਕੇ ਜਿਹੜਾ ਆਪਣਾ ਫਰਜ਼ ਆ ਸਾਡੀ ਆਮ ਆਦਮੀ ਪਾਰਟੀ ਦੇ, ਸਾਡੇ ਪ੍ਰੇਮ ਕੁਮਾਰ ਜੀ ਇੰਚਾਰਜ ਫਲੌਰ ਅਤੇ ਬਾਕੀ ਅਸੀਂ ਉਹਨਾਂ ਦੀ ਟੀਮ ਨਾਲ, ਬਾਕੀ ਜੋ ਵੀ ਸਾਡੇ SDM ਸਾਹਿਬ, ਤਹਿਸੀਲਦਾਰ ਸਾਹਿਬ, ਸਭ 3 ਦਿਨ ਹੋ ਗਿਆ ਬੰਨਾਂ 'ਤੇ ਤੁਰੇ ਫਿਰਦੇ ਆ, ਪੂਰਾ ਪ੍ਰਬੰਧ ਕਰਾ ਰਹੇ ਆ, ਜਿੱਥੇ ਵੀ ਆ ਬੰਨਾਂ ਦੀ ਕੋਈ ਸਪੋਰਟ ਲੱਗਣ ਵਾਲੀ ਲਵਾ ਰਹੇ ਆ, ਜਿੱਥੇ ਲੋਕਾਂ ਦੀ ਕੋਈ ਸੁਣਵਾਈ ਕਰਨ ਵਾਲੀ ਆ, ਕੋਈ ਵੀ ਦੁੱਖ ਸੁੱਖ ਪੁੱਛ ਰਹੇ ਆ। ਬਾਕੀ ਜਿਹੜਾ ਕੁਦਰਤ ਦਾ ਕਹਿ ਰਿਹਾ ਉਹਦੇ ਮੂਹਰੇ ਬੰਦਾ ਤਾਂ ਕੁਛ ਨਹੀਂ ਕਰ ਸਕਦਾ, ਪਰ ਜੋ ਆਪਣੇ ਪਾਸੇ ਆਪਾਂ ਪੂਰਾ ਜ਼ੋਰ ਲਾ ਰਹੇ ਹਾਂ। ਹੈਲੋ ਮਲਖਰਾਜ ਜੀ, ਅੱਜ ਜਿਹੜਾ ਕੀ ਕਹਿਣਾ ਚਾਹੁੰਦੇ, ਜਿਹੜਾ ਪਾਣੀ ਦੀ ਮਾਰ ਦੇ ਨਾਲ ਕਾਫੀ ਲੋਕ ਤਬਾਹ ਹੋਏ ਆ ਔਰ ਫਸਲਾਂ ਤਬਾਹ ਹੋ ਗਈਆਂ, ਕੀ ਨਾਂ ਤੁਹਾਡਾ? ਇਹਦਾ ਨੁਕਸਾਨ ਤਾਂ ਬਹੁਤ ਹੋਇਆ, ਜਿਹੜਾ ਕੋਈ ਜ਼ਿਮੀਦਾਰ ਨਹੀਂ ਚੱਲ ਸਕਦਾ, ਕਈ ਜ਼ਿਮੀਦਾਰ ਤਾਂ ਵਿਚਾਰੇ ਘਰਾਂ 'ਚ ਮਸੂਮੀ ਤੋਂ ਲੈ ਕੇ ਬੈਠੇ ਆ, ਹੈਂ, ਕੁਛ ਨੂੰ ਕਹਿ ਵੀ ਨਹੀਂ ਸਕਦੇ ਵੀ ਜ਼ਿਮੀਦਾਰਾਂ ਦਾ ਹੁੰਦਾ ਵੀ ਅਸੀਂ ਕਿਸੇ ਰਿਸ਼ਤੇਦਾਰ ਤੋਂ ਮੰਗ ਵੀ ਨਹੀਂ ਸਕਦੇ ਵੀ ਸਾਨੂੰ ਕੋਈ ਨਾ ਕੋਈ ਦਿਓ, ਜਾਂ ਸਰਕਾਰ ਤੋਂ ਮੰਗਣਾ ਹੁੰਦਾ, ਸਰਕਾਰ ਨੂੰ ਚਾਹੀਦਾ ਆਪਣੇ ਆਪ ਜੋ ਕਿਸੇ ਦਾ ਨੁਕਸਾਨ ਹੋਇਆ ਉਹ ਭਰੇ। ਮੈਂ ਤਾਂ ਆਪਣੀ ਸਰਕਾਰ ਸਾਡੀ ਆ, ਮੈਂ ਆਪਣੀ ਸਰਕਾਰ ਨੂੰ ਬੇਨਤੀ ਕਰੂੰਗਾ, ਪਹਿਲੀ ਤਾਂ ਗੱਲ ਇਹ ਆ ਵੀ ਜਿਹੜਾ ਦਰਿਆ ਆ ਇਹਦੇ ਵਿੱਚ ਲੋਕਾਂ ਨੇ ਦਰਖਤ ਬਹੁਤ ਲਾਏ ਆ, ਪਿੱਛੋਂ ਬੂਟੀ ਆਉਂਦੀ ਆ ਮੂਹਰੇ ਲੱਗ ਕੇ ਅਤੇ ਉਹ ਰੋਕ ਲੱਗ ਜਾਂਦੀ ਪਾਣੀ ਦੀ, ਇਸ ਕਰਕੇ ਜਿਹੜੇ ਬੰਨ ਆ ਉਹ ਟੁੱਟਦੇ ਆ, ਫਿਰ ਉਦੋਂ ਬਾਅਦ ਜਿਹੜੇ ਵਿੱਚ ਬੂਝੇ ਆ ਜਾਂ ਜਿਹੜੇ ਚੱਕੂ ਆ ਲੋਕਾਂ ਦੇ ਰੇਤ ਚੁੱਕੀ ਆ ਉਹ ਆਲੇ ਦੁਆਲੇ ਨੂੰ ਉਹਨਾਂ ਨੇ ਮਿੱਟੀ ਲਾ ਲਾ ਕੇ, ਇੱਥੇ ਆਪਣੇ ਲਸਾੜੇ ਦੇਖੀ ਆ ਆਲੇ ਦੁਆਲੇ ਮਿੱਟੀ ਲਾ ਲਾ ਕੇ ਬੰਨਾਂ ਬਣਾਈਆਂ ਆ, ਉਹ ਰੋਕ ਲਾਈ ਆ ਉਹਦੀ ਪਾਣੀ ਦੀ। ਇਸ ਕਰਕੇ ਜਿਹੜਾ ਵੀ ਰੇਤਾ ਚੁੱਕਦਾ ਉਹਨੂੰ ਉਹਨਾਂ ਦਰਿਆ ਸਾਫ਼ ਕਰਨਾ ਚਾਹੀਦਾ, ਜਿਹੜੇ ਆ ਲੇਬਰ ਲੱਗੀ ਹੋਈ ਆ ਲਸਾੜੇ ਤੋਂ, ਮੈਂ ਇਹ ਜਿਹੜੀ ਲੇਬਰ ਇਹ ਲੇਬਰ ਲੱਗਣ ਦੀ ਲੋੜ ਹੀ ਨਾ ਸੀ, ਨਾ ਆਪਾਂ ਨੂੰ ਇਹ ਬੋਰੇ ਭੰਨ ਦੀ ਲੋੜ ਸੀ, ਜੇ ਪਹਿਲਾਂ ਸਾਡਾ ਇਹ ਸਫਾਈ ਕੀਤੀ ਹੁੰਦੀ, ਇਹ ਲੇਬਰ ਨੂੰ ਜਿਹੜੇ ਜੇ ਪਿੰਡ ਨੂੰ ਜਿੰਨਾ ਜਿੰਨਾ ਏਰੀਆ ਲੱਗਦਾ ਆ ਉਹਦੀ ਸਫਾਈ ਪਹਿਲਾਂ ਲੇਬਰ ਤੋਂ ਕਰਵਾਈ ਜਾਂਦੀ ਅਤੇ ਸਾਨੂੰ ਇਹ ਬੋਰੇ ਭੰਨ ਦੀ ਲੋੜ ਨਹੀਂ ਸੀ ਪੈਣੀ ਅਤੇ ਨਾ ਸਾਡੇ ਪਾਣੀ ਨੂੰ ਰੋਕ ਲੱਗਣੀ, ਨਾ ਸਾਡਾ ਕੋਈ ਨੁਕਸਾਨ ਹੋਣਾ ਸੀ। ਮੈਂ ਇਹ ਬੇਨਤੀ ਕਰੂੰਗਾ, ਇੱਕ ਤਾਂ ਜਿਹੜਾ ਦਰਿਆ ਦੇ ਵਿੱਚ ਚਾਹੇ ਕਿਸੇ ਦੀ ਜ਼ਮੀਨ ਆਪਣੀ ਆ ਚਾਹੇ ਉਹ ਦਰਿਆ ਦੀ ਗੌਰਮੈਂਟ ਜ਼ਮੀਨ ਆ, ਉਹਦੇ ਵਿੱਚ ਕੋਈ ਦਰਖਤ ਨਹੀਂ ਹੋਣਾ ਚਾਹੀਦਾ, ਨਾ ਉਹ ਦਰਖਤ ਲਾਵੇ ਆਪਣੀ ਫਸਲ ਬੀਜੇ ਫਸਲ ਵੱਢ ਕੇ ਲੈ ਜਾਵੇ,
दरख्त नहीं लगना चाहिए, यदि रोक लग होनी चाहिए आ जोड़े है उन्होंने पटाने चाहिए आ, तो दरिया साफ होना चाहिए जो पानी लंघन लिए कोई रोक ना हो। मैं इन्ना कहूँगा अपनी सरकार को, इन्ना कहता मैं खेमा का जा चंगा। वाहेगुरू जी का खालसा वाहेगुरू जी। मेरा नाम बलराज सिंह है जी, असी पिंड शौले बजाड़ का मैं रहने वाला हाँ। तो असी देखो तुम देखे ही है जिमें कि परसों तो पानी का जोड़ा फ्लो आधना शुरू हो रहा, लगातार पानी बदना शुरू हो रहा है। सानू प्रशासन वालों भी दस दिता गया कि पूरा सहयोग भी उन्होंने दिता गया सगा कि जोड़ा पानी बदना आ, और असी उदों तो ही देखो सारे पिंड वाले मेरे ना परविंदर सिंह जी खड़े आ और जगराज सिंह जी खड़े आ, इन्होंने बहुत सारा सहयोग दिता है साढ़े नाल, और बहुत सारिया ट्रालियां साढ़े पिंड दी लगियां हुई हैं, नाल प्रशासन दी जेसीबी मशीनां भी लगियां सीगियां। असी लगातार मिट्टी पा के जिहड़ा अपना बचाव खुद किया, पर फिर भी इन्हां दी जो कि किल बंद आ, इन्हां ने की किया होया देखो बन सीधा जा रहा है, बंद अगों की जिहड़ा पहला चलता सी इन्होंने अगर टी मार के टी पॉइंट करके ना पानी नूं अगे डाफ ला के ना पानी एकदम उन्होंने टकराया, बन टुटन दे नाल आ पानी देखो 7 तों 8 पिंडां नूं इह मार कर चुका आ। झोने की जिहड़ी फसल आ करीब घट तो घट जिहड़ी असी कह रहे भी जिहड़ा बिल्कुल तबाह होगा, 5000 एकड़ जिहड़ा झोना आ वो बिल्कुल तबाह हो चुका आ। प्रभावक होए आ पिंड 7 तों 8 पिंड आ, शौले हो गया, बजाड़, माहसिंह झुग्गियां, चानचक, सगनेवाल और छिछोवाल, फतेहपुर और होर भी जिहड़ा अगे पिंडां नूं पानी जिहड़ा निकल रहा आ, तो सारे पिंड जिहड़े आ बिल्कुल ये पानी की मार हेठ आ चुके आ, और सारा का सारा जिहड़ा कसूर आ ये जिहड़ी पिंडां नूं ऐसी तैसी दे दित्ता, सारा सत्यानाश कर दिता। 2019 दे विच भी इदां ही होया सीगा, 2019 दे विच भी यही यही ग्राउंड ने बन तोड़िया जिहड़ा, उदों भी यही पिंडां नूं मार पई आ, उदों भी यही पानी नुकसान आ गया, सारियां फसलां नुकसानियां गईयां, तो कोई किसी नूं जिमीदार नूं मुआवजा नहीं मिलिया। तो हुण देखो चलो नवीं सरकार आई आ, देखते हैं की करदी आ ना जिमीदारां दे वास्ते, परंतु यह कहते हैं कि जी जमीन आई है ज किसी तरह भी गल की है, मतलब पिंड ने की है, पर जी कोई महकमे वालों या प्रशासन वालों इन्होंने नहीं गलबात की गई, जो आम जी साधारण पिंड वाल ने जो इन्होंने गलबात की आ, इन्होंने कहने का यही मतलब सी कि जमीन जी साडे कब्जे आँदी है। अरे नुकसान देखो अजे मूहरे 2 महीने तो फ्लड सीजन पिया ही ऑलरेडी पिया, तो इन्होंने देखो जो डायरेक्शन ही चेंज कर दी है बंद की, तो यह अगे नुकसान होगा ही होगा। मैं परमिंदर सिंह माल सगनेवाल तो पंचायत मैंबर हाँ, असं 2 दिन तो इतने डटे हुए हाँ, तो साढ़े ये जरा 4 तों 5 हज़ार एकड़ जी तबाह हो गई आ जी झोने की फसल आ, तो ये काफ़ी घर भी पानी बढ़ चुका आ, माल डंगर तो काफ़ी जोड़ा प्रशासन ने भी अलाट किया, पिंड पंचायत ने भी कह के नाल ट्रैक्टर ट्रालियां लैके वो बाहर कढ़वाते आ काफ़ी, तो ये जी भी पहला भी साढ़े पार्टी वर्कर बलराज ने दसिया भी जोड़ा ये ग्राउंड बनाने ली गुल्फ की वो करके मेन साडा नुकसान होंदा, हर साल सानू प्रॉब्लम आती है। 2019 दे विच भी साडा इत्थों ही टुटिया सीगा, वो सामने टक्कर लाई गई आ, बन जिहड़ा मेन बन आ उहनू ढा दिता गया आ, सानू जिहड़ा आ मंग आ प्रशासन तों भी जिहड़ा मेन बन आ वो लाया जाए, जिहड़ा वार वार इन्ने हजारां एकड़ की फसल तबाह होंदी आ ते उतो बचाया जा सके। जिमीदारा ने इन्ना मान लो ठेके दिते आ, इन्ने मान लो खाद दवाइया सारा कुछ झोने नूं पाया, जदों तबाह हो गई फसल ते जिमीदार तबाह हो जूगा पूरा। असीं यही प्रशासन तों मंग करदे आ इस चीज़ ते ठल पाई जाए, जो भी किले वाले ने जो भी